ਦਿੰਦੇ ਹਾਂ ਸ਼੍ਰੀਮਤੀ ਮੀਰਾ ਕੁਮਾਰ ਜੀ, ਦੇਸ਼ ਕੇ ਕੋਨੇ ਕੋਨੇ ਸੇ ਆਏ ਸ਼ਾਇਰ ਸਾਹਿਬਾਨ, ਭਾਈਓ ਔਰ ਬਹਿਨੋ, ਆਜ ਬਾਬੂ ਜਗਜੀਵਨ ਰਾਮ ਜੀ ਕਾ 111ਵਾਂ ਜਨਮ ਦਿਨ ਹੈ ਔਰ ਇਸ ਖੁਸ਼ੀ ਕੇ ਮੌਕੇ ਪਰ ਹਮ ਬਾਬੂ ਜੀ ਕੋ ਸ਼ਰਧਾਂਜਲੀ ਪੇਸ਼ ਕਰਦੇ ਹੈ। ਉਨਕੇ ਬਤਾਏ ਹੋਏ ਰਸਤੇ ਪਰ ਚੱਲਨੇ ਕੀ, ਆਗੇ ਬੜਨੇ ਕੀ, ਉਸਕੀ ਹਮ ਪੂਰੀ ਤਰ੍ਹਾਂ ਕੋਸ਼ਿਸ਼ ਕਰਨੇ ਕੀ, ਆਪਣੀ ਸੁਗੰਧ ਲੈਂਦੇ ਹੈ। ਬਾਬੂ ਜੀ ਕਾ ਜੀਵਨ ਇੱਕ ਬਹੁਤ ਬੜਾ ਸੰਘਰਸ਼ ਕਾ ਜੀਵਨ ਥਾ। ਜਬ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਮੇਂ ਪੜ੍ਹਤੇ ਥੇ ਤੋ ਉਹਨੇ ਦੇਖਾ ਕਿ ਦੇਸ਼ ਮੇਂ ਅਸਮਾਨਤਾ ਕਿਤਨੀ ਜ਼ਬਰਦਸਤ ਤਾਕਤ ਹੈ ਔਰ ਅਸਮਾਨਤਾ ਕੋ ਸਮਾਨਤਾ ਮੇਂ ਬਦਲ, ਸਮਤਾ ਮੇਂ ਬਦਲਨੇ ਕੇ ਲੀਏ ਬਹੁਤ ਕੁਛ ਕੋਸ਼ਿਸ਼ ਕਰਨੀ ਪੜੇਗੀ। ਉਹਨੇ ਆਪਣੀ ਤਮਾਮ ਤਾਕਤ ਦੇਸ਼ ਕੋ ਇਕੁਆਲਿਟੀ, ਸੋਸ਼ਲ ਜਸਟਿਸ ਕੇ ਰਸਤੇ ਪਰ ਚੱਲਣ ਕੇ ਲੀਏ ਤਿਆਰ ਕੀਆ। 1946 ਮੇਂ ਜਬ ਅਭੀ ਹਿੰਦੁਸਤਾਨ ਆਜ਼ਾਦ ਨਹੀਂ ਹੁਆ ਥਾ ਤੋ ਪੰਡਿਤ ਜਵਾਹਰ ਲਾਲ ਨਹਿਰੂ ਜੀ ਕੀ ਸਦਾਰਤ ਮੇਂ ਇੰਟਰਿਮ ਗਵਰਨਮੈਂਟ ਕਾਇਮ ਕੀ ਗਈ। ਬਾਬੂ ਜਗਜੀਵਨ ਰਾਮ ਜੀ ਉਸ ਗਵਰਨਮੈਂਟ ਮੇਂ ਲੇਬਰ ਮਿਨਿਸਟਰ ਕੇ ਰੋਤ ਤੌਰ ਪਰ ਕੈਬਨਿਟ ਕੇ ਇੱਕ ਮਹਾਨ ਸ਼ਕਤੀ ਥੇ। ਇੱਕ ਸਾਲ ਬਾਅਦ ਜਬ ਹਿੰਦੁਸਤਾਨ ਆਜ਼ਾਦ ਹੁਆ ਤੋ ਜਵਾਹਰ ਲਾਲ ਜੀ ਕੀ ਪਹਿਲੀ ਕੈਬਨਿਟ ਮੇਂ ਵੀ ਬਾਬੂ ਜੀ ਇਹ ਕੈਬਨਿਟ ਮੰਤਰੀ ਕੇ ਰੂਪ ਮੇਂ ਆਗੇ ਬੜੇ ਔਰ ਦੇਸ਼ ਕੇ ਲੇਬਰ ਮਿਨਿਸਟਰ ਹੋਣੇ ਕੇ ਨਾਤੇ ਉਹਨਾਂ ਨੇ ਵਰਕਰਸ ਕੇ ਹਿੱਤੋਂ ਕੀ ਰਕਸ਼ਾ ਕਰਨੇ ਕੇ ਲੀਏ ਕਿਤਨੇ ਸੁਧਾਰ ਕੀਏ, ਇਹ ਤੋ ਤਾਰੀਖ ਜਾਣਦੀ ਹੀ ਹੈ। ਔਰ ਉਸਕੇ ਬਾਅਦ ਇੱਕ ਸਮਾਂ ਆਇਆ ਜਬ ਬਾਬੂ ਜੀ ਐਗਰੀਕਲਚਰ ਮਿਨਿਸਟਰ ਬਣੇ, ਉਹਨਾਂ ਨੇ ਭਾਰਤ ਮੇਂ ਨਈ ਹਰੀ ਕ੍ਰਾਂਤੀ ਲਾਣੇ ਕੇ ਲੀਏ ਅਨਥਕ ਕੋਸ਼ਿਸ਼ ਕੀ। ਬਾਅਦ ਮੇਂ ਜਬ ਬੰਗਲਾਦੇਸ਼ ਕੇ ਹਾਲਾਤ ਵਿਗੜੇ ਔਰ ਹਿੰਦੁਸਤਾਨ ਪਾਕਿਸਤਾਨ ਕੀ ਲੜਾਈ ਛਿੜ ਗਈ ਤੋ ਦੇਸ਼ ਕੀ ਜਨਤਾ ਨੇ ਬਾਬੂ ਜੀ ਕੋ ਪੁਕਾਰਾ ਕਿ ਉਹ ਰਕਸ਼ਾ ਮੰਤਰੀ ਕੇ ਤੌਰ ਪਰ ਭਾਰਤ ਕੀ ਰਕਸ਼ਾ ਕਰੇ। ਤੋ ਉਸ ਮਹਾਨ ਦਿਵਸ ਕੋ ਯਾਦ ਕਰਦੇ ਹੋਈਏ ਬਾਬੂ ਜੀ ਨੇ ਜੋ ਦੇਸ਼ ਕੀ ਸੇਵਾ ਕੀ ਉਸਕੀ ਮਿਸਾਲ ਬਹੁਤ ਕਮ ਮਿਲਦੀ ਹੈ। ਬਾਬੂ ਜੀ ਇੱਕ ਜ਼ਬਰਦਸਤ ਐਡਮਿਨਿਸਟ੍ਰੇਟਰ ਸੀ। ਮੈਂ ਉਸ ਵਕਤ ਫਾਈਨੈਂਸ ਮਿਨਿਸਟਰੀ ਮੇਂ ਇਕਨੋਮਿਕ ਅਫੇਅਰ ਸੈਕਟਰੀ ਕੇ ਤੌਰ ਪਰ ਕਾਮ ਕਰ ਰਹਾ ਥਾ। ਐਗਰੀਕਲਚਰ ਮਿਨਿਸਟਰ ਔਰ ਐਗਰੀਕਲਚਰ ਮਿਨਿਸਟਰੀ ਕੇ ਸਾਥ ਹਮਾਰੇ ਬਹੁਤ ਸੇ ਮਾਮਲੇ ਥੇ ਜੋ ਕਠਨ ਥੇ, ਜਿਨ ਪੇ ਕੁਛ ਜਲਦੀ ਹੱਲ ਨਹੀਂ ਨਿਕਲ ਪਾ ਰਹਾ ਥਾ ਔਰ ਮੇਰਾ ਇਹ ਕਹਿਣੇ ਕਾ ਫਰਜ਼ ਹੈ ਕਿ ਜਬ ਵੀ ਮੈਨੇ ਬਾਬੂ ਜੀ ਕੇ ਪਾਸ ਜਾ ਕਰ ਬਾਤਚੀਤ ਰੱਖੀ, ਆਪਣੀ ਤਰਫ ਸੇ ਉਨਕੋ ਬਿਆਨਤ ਕੀਆ ਕਿ ਕਿਆ ਕਿਆ ਮੁਸ਼ਕਲਾਤ ਹੈ, ਇਨਕੋ ਦੂਰ ਕਰਨੇ ਕੇ ਲੀ ਕਿਆ ਕੁਛ ਕੀਆ ਜਾ ਸਕਤਾ ਹੈ, ਤੋ ਬਾਬੂ ਜੀ ਨੇ ਝੱਟ ਮੁਸਕਰਾਤੇ ਹੋਈਏ ਉਸਕਾ ਹੱਲ ਵੀ ਨਿਕਾਲ ਦਿਆ। ਤੋ ਉਹ ਇੱਕ ਐਸੇ ਜ਼ਬਰਦਸਤ ਐਡਮਿਨਿਸਟ੍ਰੇਟਰ ਸੇ ਜਿਨਕੀ ਮਿਸਾਲ ਹਮਾਰੇ ਦੇਸ਼ ਮੇਂ ਬਹੁਤ ਕਮ ਮਿਲਤੀ ਹੈ। ਅੱਜ ਜਬ ਹਮ ਬਾਬੂ ਜੀ ਕਾ 111ਵਾਂ ਜਨਮ ਦਿਨ ਮਨਾ ਰਹੇ ਹੈ ਤੋ ਅੱਜ ਹਮੇ ਪ੍ਰਣ ਕਰਨਾ ਚਾਹੀਏ ਕਿ ਹਮ ਬਾਬੂ ਜੀ ਕੇ ਬਿਤਾਏ ਹੋਏ ਰਸਤੇ ਪਰ
चलकर देश को समानता, समता, इक्वालिटी और सोशल जस्टिस की तरफ बढ़ने के लिए हर प्रकार के अपनी तरफ से कोशिश करेंगे। यही बाबूजी को सही मानों में श्रद्धांजलि हो सकती है। आज हमारे देश में बहुत सी ताकतें ऐसी हैं जो देश को आगे ले जाने की बजाय पीछे धकेलना चाहती है, और ये हमारा फर्ज बनता है कि इन ताकतों का मुकाबला किया जाए, उनको आगे बढ़ने से रोका जाए। और जैसा कि एक शायर ने कहा था, आग के इन तारीकियों से सुर्खियां पैदा करें, इस जमीन की पस्तियों से आसमां पैदा करें। बाबू जी के जीवन से हमें ये प्रेरणा मिलती है, और हम सब का ये फर्ज बनता है कि आज जब हम बाबू जी का 111वां जन्मदिन मना रहे हैं, तो हम इस बात का प्रण करें कि बाबू जी के बताए हुए रास्ते पर चलकर हम देश को आगे बढ़ने के लिए हर प्रकार से जोर जबरदस्त मेहनत करेंगे। यही उनको सही मानों में श्रद्धांजलि है, और इसी के लिए हम सबको प्रण करना चाहिए। जय हिंद। आप देख रहे हैं रेड नेटवर्क। आपसे गुजारिश है, YouTube पर रेड नेटवर्क से जुड़ने के लिए इस सब्सक्राइब बटन पर क्लिक करें। सब्सक्राइब बटन के साथ ही घंटी बनी हुई है, उस पर जरूर क्लिक करें, ताकि जब भी हम नया वीडियो अपलोड करें आपको तुरंत इसकी जानकारी मिल जाए, और आप लगातार जुड़े रहें रेड नेटवर्क के साथ।